फिर दी पीटी और बस है गई, दोनों पासे काम करी जाती है, फिर चार स्पीडा च गेयर आ गई ए मैको पंप है ये, बाकी जिम्मेवारी बहुत लेंदी है कंपनी, बाकी जो चंगी कंपनियां सुनवाई नहीं होंगी उत्थे आप चीज लै लें किरा देन वाले बस पासे मुड़ के सुन देनी हम माड़ी मान लो तेल घट सी फोन मारे नाल दी नाल आ गए ठीक है करके गया सैटिंग सर्विस भी खेत करके गया गई ठीक है कराते चलाया थोड़ा चेर घंटा वधिया कराते चल वधिया लगे जिन्नी चीज़ा तो हले तक चलाया हूँ इदू बाद प्लांटर से चलावे। लो भी दोस्तों इंडो फार्म 3060 ठीक है 13 हज़ार वाला प्रव्यू करते हैं की गलबात है भी की सिस्टम है की फ्यूल कंजप्शन है ठीक है सारा कुछ दसों आप बाई होनी 13 हज़ार से देख लें भी की गलबात है जी मिट्टी कहते पट पट मारी है बी इन्हें भी दोस्तों बाई ना कर दें आप गल्लां बातां ठीक है बहुत मैं कमेंट्स आते भी बहुत डिफरेंट ट्रैक्टर है ना बहुत घट्ट किसान भीर को यह तो की सिस्टम हों ट्रैक्टर का है ना कि प्राइस हैगी कि अपना फायदा करता भी क्यों लैना चाहिए भी ये लैण के दो तीन कारण हो सकते हैं पहला कारण तो मैं तुम्हें दसदा जी फ्यूल कंजप्शन डीजल बहुत घट्ट करता ठीक है जो दो तीन कारण ने वो बाई दसणगे आपां क्योंकि एक तो आप शोरूम के खड़ के वीडियो बनानी होंगी आ तो एक आप रिव्यू करना होंगे ठीक है ये दोनों गलों के फर्क होंगे करते हैं बाकी बाई ना गलों बातों बई सत श्रीकाल जी बई सत हो बी ठीक ठाक हो हाँ जी हाँ जी वधिया नाम की है बई थोड़ा सुखपाल सिंह सुखपाल सिंह पिंड बई बजोआना बई पिंड बजोआना जिला बठिंडा हाँ जिला बठिंडा ठीक है तो की गलबात है बई फिर कि बखरा लगे हो ट्रैक्टर नाल वधिया आ जाओ बई थली आ जाओ ठीक है हाँ वधिया बई ट्रैक्टर बठिंडो लिया कि जिवें आपां कहिंदे हुंदे आ भाई 855 लै लो जां होर बहुत ट्रैक्टर ने हैना ते उहनां उह वी गल तुहाडे दिमाग च आए होणगे वी उह लै लईए यार वी डिफरेंट ओ एचपी थोड़ी आ भाई फिर उहदी उहनां दी बाकी ये चार सिलेंडर आ गया ठीक है 3 स्पीड तेल दा खर्चा घट आ गया 4 स्पीड आ गया हां ठीक है गलबात ए हुंदी है भाई हैना आपां जदों भी ट्रैक्टर लैंदे आ जां कोई भी इंप्लीमेंट लैंदे आ जेड़े अपनी भाई मार्केट दे विच चली जांदी है ना चीजां बारी-बारी हां जी आपां नूं हरेक बंदा ਉਹੀ ਕਹਿੰਦਾ ਵੀ ਉਹੀ ਚੀਜ਼ ਲਓ ਹਾਂ ਹਾਂ ਜਦੋਂ ਆਪਾਂ ਕੋਈ ਵੱਖਰੀ ਚੀਜ਼ ਲਵਾਂਗੇ ਆਪਾਂ ਨੂੰ ਪਤਾ ਇਹਦੇ ਬਾਰੇ ਫੇਰ ਹੀ ਲੱਗਣਾ ਹੈ ਹਾਂਜੀ ਹਾਂਜੀ ਠੀਕ ਹੈ ਤੇ ਇਹ ਆਪਾਂ ਵੀ ਇਹਦੀ ਸਟਾਰਟਿੰਗ ਤੋਂ ਦੇਖੀਏ ਇਹਦਾ 35-40 ਕਿਲੋ ਦੇ ਕਰੀਬ ਬੰਪਰ ਦਾ ਵੇਟ ਹੈ ਹਾਂਜੀ ਠੀਕ ਹੈ ਤੇ ਇਹਦਾ ਚੁੱਲ੍ਹਾ ਜਿਹੜਾ 195 ਕਿਲੋ ਤੱਕ ਇਹਦਾ ਕਹਿ ਸਕਦੇ ਹਾਂ ਆਪਾਂ ਹਾਂ ਬਈ ਹਾਂਜੀ ਚੁੱਲ੍ਹਾ ਪੂਰਾ ਹੈਵੀ ਆ ਆਜੋ ਬਈ ਇੱਥੇ ਆਜੋ ਨੇੜੇ ਤੁਸੀਂ ਹੈਵੀ ਆਏਗਾ ਚੁੱਲ੍ਹਾ ਪੂਰਾ ਹੀ ਆਮ ਨਾਲ ਜਿਹੜਾ ਆਮ ਟਰੈਕਟਰ ਆਪਣੇ ਦੂਜਾ ਹੁੰਦਾ ਰਾਜ ਰੱਖ ਲਓ ਜਾਂ ਦੂਜਾ ਕੋਈ ਵੀ ਰੱਖ ਲਓ ਉਹਨਾਂ ਨੂੰ ਇਹ ਚੀਜ਼ ਹੈਵੀ ਆ ਇੱਕ ਲੰਮਾ ਉਹਨਾਂ ਨਾਲੋਂ ਲਵਾਈ 'ਚ ਵੀ ਜ਼ਿਆਦਾ ਆ ਟਾਇਰ ਇਹਦੇ ਐਮ ਆਰ ਐਫ ਦੇ ਵਧੀਆ ਦਿੱਤੇ ਉਹਨਾਂ ਨੇ ਪੂਰੇ ਟੋਪ ਦੇ ਨਹੀਂ ਆਮ ਗੁੜੀਅਰ ਦੇ ਜਾਂ ਕੋਈ ਹੋਰ ਦੇਸੀ ਜਿਹੇ ਟਾਇਰ ਹੁੰਦੇ ਆ ਉਹਦੇ 'ਚ ਵੀ ਉਹ ਹੋ ਜਾਂਦਾ ਫਿਰ ਇਹਦੀ ਪੀ ਟੀ ਔਰ ਵਰਸ ਹੈਗੀ ਜੀ ਦੋਨੇ ਪਾਸੇ ਕੰਮ ਕਰੀ ਜਾਂਦੀ ਹੈ ਫਿਰ 4 ਸਪੀਡਾਂ 'ਚ ਗੇਅਰ ਆ ਗਈ ਇਹਦੇ ਅਤੇ ਮੈਕੋ ਪੰਪ ਆ ਇਹਦੇ ਜੀ ਠੀਕ ਹੈ ਅਤੇ 4 ਸਿਲੰਡਰ ਇੰਜਣ ਆ ਗਿਆ ਜੀ ਅੱਛਾ ਜੀ ਟੋਰਕ ਬਹੁਤ ਵਧੀਆ ਜੀ ਕੁੱਲ ਮਿਲਾ ਕੇ ਸਾਰੀ ਚੀਜ਼ ਠੀਕ ਹੈ ਜੀ ਅੱਜ ਦੇ ਬਾਕੀ ਇਹਦੇ ਫਿਲਟਰ ਆ ਗਿਆ ਜਿਹੜਾ ਸੁੱਕਾ ਠੀਕ ਹੈ ਆਮ ਜਿਹੜੇ ਕਈ ਟਰੈਕਟਰਾਂ ਦੇ ਹੁੰਦੇ ਆ ਤੇ ਮਗਲੈਲ ਤੇਲ ਵਾਲੇ ਹੁੰਦੇ ਆ ਉਹ ਆਪਾਂ ਨੂੰ ਫਿਰ ਸਫਾਈ ਸਫੂਈ ਕਰਨੀ ਔਖੀ ਹੁੰਦੀ ਹੈ ਇਹਨੂੰ ਜਦੋਂ ਮਰਜ਼ੀ ਸਾਫ਼ ਕਰ ਸਕਦੇ ਆਪਾਂ ਖੋਲ੍ਹ ਕੇ ਜੇ ਚੋਕ ਹੋ ਗਿਆ ਇੰਡੀਕੇਸ਼ਨ ਇਹਨੇ ਉੱਥੇ ਡੈਸ਼ਬੋਰਡ 'ਤੇ ਦੇ ਦੇਣੀ ਦੇ ਦੇਣੀ ਠੀਕ ਹੈ ਜੀ ਨਾਲ ਦੀ ਨਾਲ ਆਪਾਂ ਉੱਥੋਂ ਸਾਫ਼ ਕਰ ਸਕਦੇ ਬਾਕੀ ਉਹ ਜਿਹੜਾ ਇਹਦਾ ਤੇਲ ਆ ਪਾਵਰ ਸਟੇਅਰਿੰਗ ਦਾ ਉਹ ਵੀ ਅਲੱਗ ਹੈ ਜੀ ਠੀਕ ਹੈ ਬਾਕੀ ਆ ਇੰਟਰਕੂਲਰ ਇਹਦਾ ਸਾਰਾ ਹੁੰਦਾ ਜੀ ਸਾਰਿਆਂ ਦੀ ਹੁੰਦਾ ਜੀ ਠੀਕ ਹੈ ਇਸ ਪਾਵਰ ਦੇ ਟਰੈਕਟਰ ਦਾ ਬਾਈ ਕਿੰਨਾ ਰੇਟ ਦਾ ਫਰਕ ਪੈ ਗਿਆ ਇਸ ਪਾਵਰ ਦਾ ਟਰੈਕਟਰ ਆਮ ਮਿਲਦਾ ਜੀ ਆਪਾਂ ਨੂੰ 9-9.5 ਦਾ ਜੀ ਠੀਕ ਹੈ 9 ਤੋਂ ਘੱਟ ਤਾਂ ਮਿਲਦਾ ਹੀ ਨਹੀਂ ਗਈ ਅਤੇ ਇਹਦਾ ਫਰਕ ਪੈ ਗਿਆ ਕੁਛ ਨਾ ਕੁਛ ਉਹਦੇ ਨੂੰ ਬਾਕੀ ਜ਼ਿੰਮੇਵਾਰੀ ਬਹੁਤ ਲੈਂਦੀ ਜੀ ਕੰਪਨੀ ਬਾਕੀ ਜਿਹੜੀਆਂ ਚੰਗੀਆਂ ਕੰਪਨੀਆਂ ਸੁਣਵਾਈ ਨਹੀਂ ਹੁੰਦੀ ਉੱਥੇ ਆਪਾਂ ਚੀਜ਼ ਲੈ ਲੈਂਦੇ ਹਾਂ ਕਿਰਾਂ ਦੇਣ ਵਾਲੇ ਬਸ ਪਾਸੇ
ਹੁਣ ਕੋਈ ਸੁਣਦੇ ਨਹੀਂ ਇਹਦਾ। ਹੁਣ ਮਾੜੀ ਮੰਨ ਲਓ ਤੇਲ ਘੱਟ ਸੀਗਾ, ਅਸੀਂ ਫੋਨ ਮਾਰਿਆ ਨਾਲ ਦੀ ਨਾਲ ਆ ਗਏ, ਠੀਕ ਹੈ, ਕਰਕੇ ਗਿਆ ਸੈਟਿੰਗ, ਸਰਵਿਸ ਵੀ ਖੇਤ 'ਚ ਕਰਕੇ ਗਿਆ ਕਈ, ਠੀਕ ਹੈ, ਟਰੈਕਟਰ ਚੱਲੀ ਜਾਂਦਾ, ਪਰੇਸ਼ਾਨੀ ਨਹੀਂ ਆਈ, ਨਾ ਪਰੇਸ਼ਾਨੀ ਨਹੀਂ ਆਈ ਕੋਈ, ਠੀਕ ਹੈ, ਵਧੀਆ ਟਰੈਕਟਰ, ਕੋਈ ਆਏ ਨਹੀਂ ਬਾਈ ਫੋਨ ਨਹੀਂ ਚੱਕਦੇ, ਫੋਨ ਵੀ ਚੱਕਦੇ, ਠੀਕ ਹੈ, ਹਾਂ ਵੀ ਹੁਣ ਬਾਈ ਕਈ ਵਿੱਚ ਏਜੰਸੀ ਵਾਲੇ ਫੋਨ ਲਾਈ ਜਾਂਦੇ ਆ, ਕਹਿ ਦਿੰਦੇ ਅੱਜ ਆਉਣੇ ਆ ਕੱਲ ਨੂੰ ਆਉਣੇ ਆ, ਕੋਈ ਏਦਾਂ ਦੀ ਹੈਰਾਨ ਨਹੀਂ ਹੈਗੇ ਅਸੀਂ ਬਾਈ, ਠੀਕ ਹੈ, ਇੱਕ ਦਿਨ ਫੋਨ ਲਾਇਆ, ਦੂਜੇ ਦਿਨ ਸਾਡੇ ਸੁਬਹਾ ਬੰਦਾ ਖੇਤ 'ਚ ਆ ਗਿਆ, ਠੀਕ ਹੈ, ਹਾਂ। ਹੁਣ ਬਈ ਆਪਾਂ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਵੀ ਜਿਹਨੇ ਟਰੈਕਟਰ ਇੰਡੋ ਫਾਰਮ ਲੈਣਾ ਵੀ ਲੈ ਲੇ ਵੀ ਉਹ ਲੈ ਲੇ ਬਾਈ, ਕੋਈ ਚੱਕਰ, ਮੱਕੀ ਵਾਲੀ ਤੇ ਵੀ ਚਲਾਇਆ, ਇੱਧਰ ਹੀ ਆ ਜਾਓ ਬਾਈ ਤੁਸੀਂ ਮੇਰੇ ਕੋਲ, ਮੱਕੀ ਵਾਲੀ ਤੇ ਵੀ ਚਲਾਇਆ ਸੀ, ਬਹੁਤ ਵਧੀਆ ਚੱਲਦਾ ਸੀ, ਮੱਕੀ ਵਾਲੀ ਦੇ ਨੇ 13 ਕਿਲੋਮੀਟਰ ਤੇਲ ਖਾਧਾ ਕਿਲੇ, ਠੀਕ ਹੈ, ਨਾਲੇ ਵੀ ਹਲੇ ਇੰਜਣ ਪੂਰਾ ਰਾਮਾ ਨਹੀਂ ਨਾ ਹੋਇਆ, ਜਦੋਂ ਰਾਮਾ ਹੋ ਗਿਆ ਪਾਵਰ ਵੱਧ ਦਿਖਾਊਗਾ, ਨਾਲੇ ਡੀਜ਼ਲ ਖਰਚਾ ਘਟਾ ਜੂਗਾ ਤੇ ਵਧੀਆ ਰਿਹਾ ਪੂਰਾ, ਤੀਜੇ ਲੋ ਦੇ ਵਿੱਚ ਵੱਢਦਾ ਸੀ, ਠੀਕ ਹੈ, ਠੀਕ ਰਿਹਾ, ਦੋ ਤਿੰਨ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਸੀਂ ਚਲਾ ਕੇ ਦੇਖਿਆ ਵਾਲੇ, ਸਾਨੂੰ ਵਧੀਆ ਲੱਗਿਆ ਸਾਰੇ ਦੀ, ਹਲਾਂ ਤੇ ਵਧੀਆ ਪਾਵਰ ਦਿੰਦਾ, ਰੀਪਰ ਤੇ ਤਾਂ ਪੂਰੇ ਚੱਲਿਆ ਜੀ, ਰੀਪਰ ਦਾ 200 ਘੰਟਾ ਅੰਗ ਚਲਾਤਾ, 200 ਕਿੱਲੇ ਅੰਗ ਚਲਾਤਾ, ਠੀਕ ਹੈ, ਰੀਪਰ ਤੇ ਵਧੀਆ ਬੱਚਤ ਕਰੂ, ਹਾਂ ਬਾਈ ਪੂਰੀ ਵਧੀਆ, ਰੋਟਾਵੇਟਰ ਤੇ ਚਲਾਇਆ ਸੀਗਾ, ਰੋਟਾਵੇਟਰ ਤੇ ਵੀ ਵਧੀਆ ਚੱਲਦਾ ਸੀ, ਕੋਈ ਪ੍ਰਵਾਹ ਨਹੀਂ ਸੀ ਵੀ ਐਵੇਂ ਲੋੜ ਜਾਂ ਬਣੀ ਜਾਂਦਾ, ਇੱਕ ਸਾਈਲੈਂਟ ਬਹੁਤ ਹੈ ਬੰਦੇ ਨੂੰ, ਡਿਸਟਰਬ ਜਿਹਾ ਨਹੀਂ ਕਰਦਾ, ਜਿਵੇਂ ਅਗਲਾ ਲੰਮਾ ਟਾਈਮ ਚਲਾਉਣਾ ਜਦੋਂ ਸਿਰਜਾ ਖਾਣ ਲੱਗ ਜਾਂਦਾ ਟਰੈਕਟਰ ਹੋਰ, ਜਿਵੇਂ ਸਵਰਾਜ ਪੂਰਾ ਵਧੀਆ ਬਾਈ, ਰੋਟਾਵੇਟਰ ਪਾਇਆ ਸੀ ਚਲਾ ਕੇ ਦੇਖਿਆ ਸੀਗਾ, ਰੋਟਾਵੇਟਰ ਕਰਾਹ ਤੇ ਚਲਾਇਆ ਸੀ ਥੋੜਾ ਚਿਰ, ਘੰਟਾ ਵਧੀਆ ਕਰਾਹ ਤੇ ਚੱਲ, ਵਧੀਆ ਲੱਗਿਆ ਜਿੰਨੀਆਂ ਚੀਜ਼ਾਂ ਤੇ ਹਲੇ ਤੱਕ ਚਲਾਇਆ, ਹੁਣ ਇਦੂ ਬਾਅਦ ਅਸੀਂ ਉਹਨੂੰ ਪਲਾਂਟਰ ਤੇ ਚਲਾਵਾਂਗੇ, ਠੀਕ ਹੈ, ਮੂਹਰੇ ਆਹ ਮੱਕੀ ਬੀਜਣ ਵੇਲੇ ਉਦੋਂ ਦਾ ਸਾਰਾ ਰਿਜ਼ਲਟ ਸਾਹਮਣੇ, ਵਧੀਆ ਰਿਹਾ ਪੂਰਾ, ਵਧੀਆ ਰਿਹਾ ਸਾਡੇ ਕੋਲ, ਬਾਕੀ ਅੱਡੋ ਅੱਡੀ ਆ ਕਿਸੇ ਦੀ ਕੋਈ ਚੋਇਸ ਆਪਣੀ, ਜਿਵੇਂ ਆਪਾਂ ਨੂੰ ਵਧੀਆ ਲੱਗੇ, ਖਰਚਾ ਵੀ ਘੱਟ ਪਾਉਂਦਾ, ਰਾਹਦਾਰੀ ਦਾ ਖਰਚਾ ਬਹੁਤ ਘੱਟ ਹੈ ਜੀ, ਰਾਹਦਾਰੀ ਦਾ ਜਿਵੇਂ ਵੱਡੇ ਦੂਜੇ ਟਰੈਕਟਰ ਆ ਉਹ ਤਾਂ ਤੇਲ ਵੱਧ ਖਾਂਦੇ ਆ, ਇਹ ਬਹੁਤ ਘੱਟ ਖਾਂਦੇ, ਠੀਕ ਹੈ ਜੀ, ਹੁਣ ਸਵਰਾਜ ਵੀ ਹੈਗਾ ਸਾਡੇ ਕੋਲ ਜੌਂਡੀ ਆਰ ਵੀ, ਉਹਨਾਂ ਨੂੰ ਖਰਚਾ ਤਾਂ ਸਾਰਿਆਂ ਨੂੰ, ਜਿਨ੍ਹਾਂ ਨੂੰ ਘੱਟ, ਦਿੱਕਤ ਫਿਰ ਆਪਾਂ ਕਿੱਥੋਂ ਏਜੰਸੀ ਨੂੰ ਬੁਲਾਵਾਂਗੇ ਜਾਂ ਉਹ ਨਹੀਂ ਪਤਾ ਇੰਜੀਨੀਅਰ ਬੁਲਾਉਣਗਾ ਜੇ ਕਿਰਾਂ ਜੇ ਚੱਲੀ ਜਾਂਦੇ, ਉਹ ਤਾਂ ਵਧੀਆ ਚੱਲੀ ਜਾਂਦੇ ਵੈਸੇ, ਆਪਾਂ ਇਹ ਨਹੀਂ ਕਹਿ ਸਕਦੇ, ਪਰ ਅਸੀਂ ਥੋੜ੍ਹਾ ਜਿਹਾ ਉਹ ਤਾਂ ਚੱਲੇ ਹਾਂ ਵੀ ਕਿਤੇ ਕੋਈ ਦਿੱਕਤ ਆ ਗਈ ਮੁੜ ਕੇ ਫਿਰ ਤੁਰੇ ਫਿਰਾਂਗੇ, ਕਿਉਂ 10 ਦਿਨ ਸੀਜਨ ਹੁੰਦਾ ਜੇ ਦਿੱਕਤ ਆ ਗਈ ਲੰਘ ਗਿਆ ਬਸ, ਉਹ ਟਾਈਮ ਲੰਘ ਜਾਂਦਾ, ਟਾਈਮ ਲੰਘ ਜਾਂਦਾ, ਖਿੱਚਵਾਂ ਤਾਂ ਕੰਮ ਹੁੰਦਾ ਇਹਦਾ, ਕੋਈ ਮਾੜੀ ਮੋਟੀ ਕੀ ਹੁੰਦੀ ਉਹ ਵਧੀਆ ਜਾਂਦੇ, ਬਾਕੀ ਹੈ ਹੀ ਨਹੀਂ ਹੋਈ ਨਹੀਂ ਕਿਸੇ ਨੂੰ ਦਿੱਕਤ ਦਿੱਤੀ ਵੀ ਨਹੀਂ, ਠੀਕ ਹੈ, ਵਧੀਆ ਰਿਹਾ ਅਤੇ ਆਪਣੇ ਬਾਈ ਫਿਰ ਨੇੜੇ ਤੇੜੇ ਪਿੰਡਾਂ 'ਚ ਕਿੰਨੇ ਟਰੈਕਟਰ ਹੋਣਗੇ ਇਹ, ਸਵਰਾਜ ਦਾ ਹਿੱਸਾ ਸੋਨਾ ਲੈ ਨਾਟਕਰ ਵਾਲਾ ਇੰਜਣ, ਪੈਂਟ ਬਾਈ ਦਾ ਇੰਜਣ, ਠੀਕ ਹੈ, ਫਰਕ ਤਾਂ ਕੁਛ ਨਹੀਂ ਹੈਗਾ, ਉਹੀ ਜਿਹੜੀਆਂ ਚੀਜ਼ਾਂ ਚੱਲਦੇ ਹੋਣ, ਡਬਲ ਡਿਸਟ੍ਰੀਬਿਊਟਰ ਹੈਗਾ ਜੀ, ਡਬਲ ਡਿਸਟ੍ਰੀਬਿਊਟਰ ਇਹ ਵੀ ਜ਼ਰੂਰੀ ਹੁੰਦਾ ਨਾ, ਦੋਨੇ ਪਾਸੇ ਵਾਲਾ, ਸਾਰੀ ਸਹੂਲਤ ਹੈਗੀ ਆ ਟਰੈਕਟਰ 'ਚ ਜਿੰਨੀ ਅੱਜ ਕੱਲ੍ਹ ਚਾਹੀਦੀ ਆਪਾਂ ਨੂੰ, ਠੀਕ ਹੈ, ਹਾਂ ਵਧੀਆ ਜੀ। ਪਹਿਲਾਂ ਬਾਈ ਤੁਸੀਂ ਦੇਖਿਆ ਸੀ ਇੰਡੋ ਫਾਰਮ ਕਿਤੇ ਚੱਲਦਾ ਜਾਂ ਕਿਵੇਂ, ਸਿੱਧੇ ਹੀ ਜਾਂਦੇ ਕੋਲ ਗਏ? ਅਸੀਂ ਬਾਈ ਗਿੱਦੜੀ ਪੁੱਛਿਆ ਸੀਗਾ, ਆ ਜਾ ਉਰੇ, ਠੀਕ, ਗਿੱਦੜੀ ਬੰਦੇ ਕੋਲੇ ਸੀ, ਰਿਸ਼ਤੇਦਾਰ ਕੋਲੇ, ਠੀਕ ਹੈ, ਉਹਨੇ ਸਾਨੂੰ ਆਖਿਆ ਸੀਗਾ, ਉਹ ਕਹਿੰਦਾ ਵੀ ਟਰੈਕਟਰ ਪੂਰਾ ਵਧੀਆ, ਵੀ ਚੁੱਪ ਕਰਕੇ ਲੈ ਲਓ, ਠੀਕ ਹੈ, ਬਸ ਉਹਦੇ ਕਹੇ ਤੋਂ ਲੈ ਜਾਂਦਾ, ਜਲਾਲ ਵੀ ਰਿਸ਼ਤੇਦਾਰਾਂ ਕੋਲ ਪਤਾ ਚਲਾਇਆ, ਇੱਥੇ ਇੱਧਰ ਆ ਗਏ, ਸਾਡੇ ਵਾਲੇ ਨੇ ਚਲਾਇਆ ਸੀਗਾ, ਠੀਕ ਹੈ, ਉਹਨਾਂ ਕੋਲ ਵੀ ਵਧੀਆ ਰਹੇ, ਵਧੀਆ ਸੀ ਟਰੈਕਟਰ, ਉਹ ਬਾਕੀ ਉਦੋਂ ਉਹ ਥੋੜਾ ਪੁਰਾਣਾ ਮਾਡਲ ਸੀ, ਇਹ ਇੱਕ ਅਗਲਾ ਕਹਿੰਦਾ ਹੁੰਦਾ ਸੀ ਮਾਰਕੀਟ ਹੈ ਨਹੀਂ ਇਹਦੀ, ਤੁਸੀਂ ਲਿਆਂਦਾ, ਹਾਂ, ਬਸ ਅਸੀਂ ਤਾਂ ਚਲਾਉਣ ਦੀ ਖਰਕੀ ਲਿਆਂਦਾ, ਬਾਕੀ ਸਿੱਧੀ ਸਾਨੂੰ ਵਧੀਆ ਲੱਗਿਆ, ਬਸ ਜਿਹੜੀ ਗੱਲ, ਠੀਕ ਹੈ, ਖਰਚੇ ਦੇ ਰੌਲਾ ਅਸੀਂ ਸਾਰੇ ਚਲਾ ਕੇ ਦੇਖਿਆ ਬਈ, 855 ਵੀ ਦੇਖਿਆ, ਸਾਰੇ ਹੀ ਚਲਾ ਕੇ ਦੇਖੇ, ਠੀਕ ਹੈ, ਡੀਜ਼ਲ ਦਾ ਹੀ ਰੌਲਾ ਹੁੰਦਾ, ਡੀਜ਼ਲ ਮਹਿੰਗਾ ਹੈ, ਡੀਜ਼ਲ ਹੀ ਘੱਟ ਖਾਂਦਾ, ਡੀਜ਼ਲ ਬਈ ਰੋਜ਼ ਰੋਜ਼ ਮਹਿੰਗਾ ਹੋਣਾ, ਹੌਸ ਪਾਵਰ ਦ੾ੇ ਹਿਸਾਬ ਨਾਲ ਘੱਟ ਖਾਂਦਾ, ਜਿਵੇਂ 60 ਹੌਸ ਪਾਵਰ ਆ 65 ਦਾ ਜ਼ੋਰ ਲਾਈ ਜਾਂਦਾ ਜੀ, ਠੀਕ ਹੈ, ਜ਼ੋਰ ਵੀ ਬਹੁਤ ਲਾਉਂਦਾ, ਐਂ ਨਹੀਂ ਜ਼ੋਰ ਨਹੀਂ ਲਾਉਂਦਾ, ਵਧੀਆ ਚੀਜ਼ ਹੈ, ਅਤੇ ਅੱਗੇ ਬਾਈ ਫਿਰ ਸਾਈਲੇਜ 'ਤੇ ਵੀ ਹੈਗਾ ਇਰਾਦਾ ਇਹਨੂੰ ਲਾਉਣ, ਹਾਂ ਹਾਂ ਸਾਰੇ ਕਾਸਤੇ ਲਾਵਾਂਗੇ ਜੀ,
ਠੀਕ ਖੜਨ ਨਹੀਂ ਦੇਣਾ ਓਵੇਂ ਓਵੇਂ ਵੀਡੀਓ ਫੇਸਬੁੱਕ ਤੇ ਹੀ ਪਾ ਦਾਂਗੇ ਕੁਝ ਖੜਨ ਤਾਂ ਦੇਣਾ ਨਹੀਂ ਖੜਨ ਵਾਲਾ ਤਾਂ ਕੰਮ ਹੀ ਨਹੀਂ ਠੀਕ ਖੜਾ ਕੇ ਹੀ ਕਰਨਾਗਾ ਬਸ ਆਦਤ ਪਾ ਦੇਣੀ ਐਂਡੋ ਫਾਰਮ ਦੀ ਹੈ ਹਾਂ ਵੱਖਰਾ ਦੱਸਣਾ ਹੈ ਲੋਕਾਂ ਨੂੰ ਵੀ ਹਾਂ ਹੈਗਾ ਇਹਦੇ ਚ ਵਧੀਆ ਚੀਜ਼ ਹੈ ਤੇ ਹੋਰ ਬਾਈ ਫਿਰ ਏਜੰਸੀ ਵਾਲਿਆਂ ਨੇ ਨਾਲ ਕੀ ਦਿੱਤਾ ਤੁਹਾਨੂੰ ਬਾਈ ਛਤਰੀ ਲਾ ਕੇ ਦਿੱਤੀ ਹੈ ਠੀਕ ਆ ਹੁੱਡ ਨਾਲ ਹੀ ਦਿੱਤੀ ਸੀ ਸਾਰਾ ਕੁਝ ਨਾਲ ਹੀ ਦਿੱਤਾ ਸੀ ਠੀਕ ਹੈ ਤੇ ਇੱਕ ਗੱਲ ਬਾਈ ਇਹ ਵੀ ਆਉਂਦੀ ਹੁੰਦੀ ਹੈ ਹਨਾ ਜਦੋਂ ਆਪਾਂ ਕੋਈ ਵੀ ਟਰੈਕਟਰ ਲੈਂਦੇ ਹਾਂ ਜਾਂ ਕੋਈ ਵੀ ਕਾਰ ਲੈਂਦੇ ਹੈਗੇ ਹਨਾ ਤੇ ਉਹਦੇ 'ਤੇ ਵੀ ਕਈ ਬੰਦੇ ਤਾਂ ਇਹ ਕਹਿੰਦੇ ਹੁੰਦੇ ਆ ਵੀ ਯਾਰ ਇੱਕ ਤਾਂ ਮਾਰਕੀਟ ਵਾਲੀ ਪਹਿਲੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਹਨਾ ਤੇ ਇੱਕ ਇਹ ਕਹਿੰਦੇ ਹੁੰਦੇ ਹੈਗੇ ਵੀ ਟਰੈਕਟਰ ਇਹੋ ਜਿਹਾ ਲਓ ਹਨਾ ਵੀ ਜਿਹੜਾ ਆਪਾਂ ਇੱਕ ਵਾਰੀ ਲੈ ਲਿਆ ਵੀ ਆਪਾਂ ਨੂੰ ਸਾਰੀ ਉਮਰ ਟਰੈਕਟਰ ਲੈਣ ਦੀ ਲੋੜ ਨਾ ਪਵੇ ਨਹੀਂ ਉਹ ਚੀਜ਼ ਤਾਂ ਹੈਗੀ ਹੈ ਜੀ ਮੰਨ ਲਾ ਇਹ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਇਹ ਸਾਰੀਆਂ ਪਹਿਲਾਂ ਚੱਲੀਆਂ ਹੋਈਆਂ ਜੀ ਨਾਟਕਾਰਾਂ ਦਾ ਇੰਜਣ ਮੰਨ ਲਾ 65 ਬਾਈ ਦਾ ਕਿਹੜਾ ਮਾੜਾ ਸੀਗਾ ਟੋਪ ਦਾ ਸੀਗਾ ਪੂਰਾ ਟੋਪ ਦਾ ਇੰਜਣ ਦਾ ਮੈਕੋ ਪੰਪ ਉਹੀ 4 ਸਿਲੰਡਰ ਦੇ ਇਹਦੀ ਕੋਈ ਪ੍ਰੋਬਲਮ ਨਹੀਂ ਬਾਕੀ ਇਹਦੇ 'ਚ ਮੁਗਲਾਇਲ ਬਹੁਤ ਆ ਥੱਲੇ ਠੀਕ ਹੈ ਛੇਤੀ ਕੰਮ ਮੰਗਦਾ ਨਹੀਂ ਜਿਹੜੀ ਚੀਜ਼ 'ਚ ਮੁਗਲਾਇਲ ਥੱਲੇ ਸੀਐਲ ਜਾਂ ਕਿਸੇ ਵੀ ਲੈਫਟ 'ਚ ਵੱਧ ਆ ਉਹ ਚੀਜ਼ ਕੰਮ ਨਹੀਂ ਮੰਗੂ ਅੱਡ ਤੇਲ ਨਹੀਂ ਪੈਂਦਾ ਬਾਈ ਇੰਜਣ 'ਚੋਂ ਤੇਲ ਆਉਂਦਾ ਪੰਪ ਨੂੰ ਵੀ ਇੰਜਣ 'ਚੋਂ ਹੀ ਤੇਲ ਆ ਠੀਕ ਹੈ ਹਾਂ ਐ ਨਹੀਂ ਹੋਇਆ ਅਲੱਗ ਪਾਉਣਾ ਪਊ ਆਪਾਂ ਨੂੰ ਅਲੱਗ ਪਾਉਣਾ ਸਾਰਾ ਉਹ ਨਾਲ ਦਾ ਹੀ ਕਰਿਆ ਇਹਨਾਂ ਦਾ ਵਧੀਆ ਕਰਿਆ ਵਾ ਸਾਰਾ ਸਿਸਟਮ ਜਿੰਨਾ ਸਾਨੂੰ ਤਾਂ ਸਾਨੂੰ ਵਧੀਆ ਲੱਗਿਆ ਜੀ ਬਾਕੀ ਆਪਾਂ ਕਿਸੇ ਦਾ ਆਪਦੀ ਪਸੰਦ ਆ ਜੀ ਬਾਕੀ ਜਿਵੇਂ ਜਿਵੇਂ ਚੱਲੀ ਜਾਊ ਉਵੇਂ ਪਤਾ ਲੱਗੀ ਤਿੰਨ ਚਾਰ ਚੀਜ਼ਾਂ 'ਤੇ ਚਲਾ ਲਿਆ ਤਿੰਨ ਚਾਰ 'ਤੇ ਵਧੀਆ ਰਿਹਾ ਪੂਰਾ ਪੂਰਾ ਹੀ ਵਧੀਆ ਰਿਹਾ ਠੀਕ ਹੈ ਅਤੇ ਫਿਰ ਬਾਈ ਕਿਰਾਏ ਵਾਲਾ ਕੰਮ ਵੀ ਕਰਦੀ ਹੋ ਤੁਸੀਂ ਨਾਲ ਨਾਲ ਹਾਂ ਹਾਂ ਕਿਰਾਏ ਦਾ ਹੀ ਕਰਨਾ ਜੀ ਚੱਲਦਾ ਹੀ ਕਿਰਾਏ ਦਾ ਸਾਡਾ ਠੀਕ ਹੈ ਮੱਕੀ ਬੀਜਣ ਦਾ ਵੱਢਣ ਦਾ ਅਤੇ ਕਰਚਾਂ ਦਾ ਹੋ ਗਿਆ ਸੁਪਰ ਸੀਡਰ ਦਾ ਹੋ ਗਿਆ ਸਾਰੇ ਕਿਸੇ ਦਾ ਠੀਕ ਹੈ ਅਤੇ ਇੱਕ ਇਹਦੀ ਬਾਈ ਇਹਦੀ ਪਾਰਟਸ ਦੀ ਕਿੰਨੇ ਕੁ ਡਿਫਰੈਂਟ ਹੈਗੇ ਹੋਰ ਟਰੈਕਟਰਾਂ ਨਾਲੋਂ ਇੱਧਰਲੇ ਪਾਸਿਓਂ ਦੇਖਣ 'ਚ ਕਿੰਨਾ ਕੁ ਲੁੱਕ 'ਚ ਕਿੰਨਾ ਕੁ ਫਰਕ ਹੈ ਇਹਦਾ ਪੂਰਾ ਫਰਕ ਹੀ ਹੈ ਬਾਈ ਠੀਕ ਹੈ ਇੱਧਰ ਇੱਧਰਲੇ ਪਾਸਿਓਂ ਕੀ ਫਰਕ ਰਹਿ ਗਿਆ ਇਹਦੇ 'ਚ ਹੋਰ ਟਰੈਕਟਰਾਂ ਨਾਲੋਂ ਇੱਧਰੋਂ ਬਾਈ ਬਾਕੀ ਇਹ ਥਾਂ ਥੂੰ ਵੀ ਖੁੱਲ੍ਹਾ ਇਹਦਾ ਕੁਛ ਖੋਲ੍ਹਣਾ ਪੈ ਜੇ ਕਈ ਯਾਰ ਕਈਆਂ ਦੇ ਥਾਂ ਨਹੀਂ ਹੁੰਦਾ ਇਹਦੇ ਥਾਂ ਕੋਈ ਚੱਕਰ ਹੀ ਨਹੀਂ ਵੀ ਠੀਕ ਹੈ ਇੱਕ ਇੰਜਣ ਪਲੇਨ ਜਿਹਾ ਜ਼ਿਆਦਾ ਹਨਾ ਮਤਲਬ ਆਪਾਂ ਮੰਨ ਲਓ ਇਹਨੂੰ ਧੋ ਵੀ ਦਿੱਤਾ ਅਸੀਂ ਤੂੰ ਹੀ ਕੱਪੜੇ ਨਾਲ ਸਾਫ਼ ਹੋ ਜਾਂਦਾ ਹਾਂ ਹਾਂ ਬਾਈ ਕਈਆਂ ਦੇ ਤਾਂ ਕੱਪੜਾ ਹੀ ਨਹੀਂ ਪੈਂਦਾ ਠੀਕ ਹੈ ਆ ਜਾਓ ਬਾਈ ਇੱਧਰਲੇ ਪਾਸੋਂ ਦੇਖ ਲਈਏ ਆਪਾਂ ਵੀ ਟਾਇਰਾਂ ਦਾ ਸਾਈਜ਼ ਉਹੀ 16x28 ਅਤੇ 57 ਦੇ ਅੱਗੇ ਵਾਲੇ 16x28 ਪਿੱਛੇ ਵਾਲੇ ਆ ਗਏ ਬਹੁਤ ਵਧੀਆ ਇੱਕ ਸਾਈਡ ਦੀ ਇਹਨਾਂ ਨੇ ਠੀਕ ਹੈ ਇੱਕ ਸਾਈਡ ਦੀ ਬੈਂਟਰੀ ਧਰਤੀ ਮੂਹਰੇ ਹੈ ਪੂਰੇ ਹੈਵੀ ਆਏ ਨਹੀਂ ਹੈਵੀ ਕੱਲ੍ਹ ਨੂੰ ਕੋਈ ਦਿੱਕਤ ਦੇ ਦੇਣਗੇ ਆਹ ਚੀਜ਼ਾਂ ਠੀਕ ਹੈ ਪੂਰੇ ਹੈਵੀ ਆ ਬ੍ਰੇਕ ਡਰਮ ਠੀਕ ਹੈ ਇਹ ਤੇਲ 'ਤੇ ਆ ਸਾਰਾ ਤੇਲ ਤੇਲ ਬ੍ਰੇਕ ਹੈ ਜੀ ਦੂਜੇ ਨੂੰ ਸੁੱਕੇ ਨਹੀਂ ਠੀਕ ਹੈ ਜਿਹਨੂੰ ਪਾਵਰ ਬ੍ਰੇਕ ਕਹਿ ਦਈਏ ਆਪਾਂ ਬਾਲ ਆ ਗਏ ਹਾਂਜੀ ਇਹਦੇ ਤੋਂ ਚੱਲਦਾ ਸਾਡਾ ਐਡਜਸਟੇਬਲ ਜੀ ਹੈਗੀ ਆ ਆ ਲਾਈਟਾਂ ਵਾਲੀ ਜੇ ਕੋਈ ਮਗਰ ਹੋਰ ਲਾਉਣਾ ਜੀ ਹਾਂਜੀ ਠੀਕ ਆ ਠੀਕ ਹੈ ਆ ਪੀਡੀਓ 540 ਹੈ ਜੀ ਠੀਕ ਹੈ ਜੀ ਕਿੰਨੇ ਟਾਈਮ 'ਚ ਦਿੱਤਾ ਸੀ ਬਾਈ ਏਜੰਸੀ ਵਾਲੇ ਨੇ ਟਰੈਕਟਰ ਤੁਹਾਨੂੰ ਬਾਈ ਘੰਟੇ 'ਚ ਬਾਹਲਾ ਟਾਈਮ ਖੜਾਇਆ ਤਾਂ ਨਹੀਂ ਨਾ ਨਾ ਬਾਈ ਠੀਕ ਹੈ ਹੋਰ ਬਾਈ ਪਿਛਲੇ ਵਾਲੇ ਪਾਸਿਓਂ ਤੁਹਾਨੂੰ ਕੀ ਹੋਰ ਟਰੈਕਟਰਾਂ ਨੂੰ ਲੁੱਕ ਵਾਈਜ਼ ਕੀ ਫਰਕ ਹੈ ਕਿਉਂਕਿ ਤੁਸੀਂ ਰੋਜ਼ ਟਰੈਕਟਰ ਚਲਾਉਣੇ ਬਾਈ ਤੁਹਾਨੂੰ ਜ਼ਿਆਦਾ ਗਾਰਡ ਵਗੈਰਾ ਵੀ ਮੌਜੂਦ ਆ ਬਾਈ ਇਹਦੇ ਮੋਟੀਆਂ ਲੱਗੀਆਂ ਪੈਪਾਂ ਵਿੱਚ ਸਾਰੇ ਠੀਕ ਹੈ ਕਈਆਂ ਤਾਂ ਹਲਕੀਆਂ ਜਾਂ ਹਲੀਏ ਜਾਂਦੇ ਹਲਦੇ ਹੁੰਦੇ ਜਿਵੇਂ ਹੁੱਡ ਲੱਗੀ ਹੁੰਦੀ ਹੈ ਹਨਾ ਵੱਡਾ ਮਿਊਜ਼ਿਕ ਸਿਸਟਮ ਲਾ ਲੈਂਦੇ ਆ ਹਾਂ ਹਿਲਾ ਦਿੰਦੇ ਆ ਉਹ ਹਿੱਲਣ ਵਾਲਾ ਕੰਮ ਹੈ ਨਹੀਂ ਇਹਦਾ ਹਾਂ ਤੇ ਚੱਲਿਆ ਜੀ ਬਹੁਤ ਕੋਤੇ ਚੱਲਿਆ ਯਾ ਚੀਜ਼ਾਂ ਨਹੀਂ ਹਲ ਜਾਂਦੇ ਹੁਣ ਕੁਝ ਨਹੀਂ ਹਲੇ ਠੀਕ ਹੈ ਆ ਜਾਓ ਵੀ ਇਧਰਲੀ ਸਾਈਡ ਇਧਰਲੀ ਸਾਈਡ ਤੋਂ ਬਾਈ ਇਧਰੋਂ ਆ ਡਬਲ ਪੰਪ ਆ ਗਿਆ ਜੀ ਇੱਕ ਲਿਫਟ ਵਾਲਾ ਅਲੱਗ ਆ ਗਿਆ ਹਾਂ ਜੀ ਪਾਵਰ ਸਟੀਅਰਿੰਗ ਵਾਲਾ ਠੀਕ ਹੈ ਠੀਕ ਹੈ ਜੀ ਬਾਕੀ ਇੱਥੋਂ ਵੀ ਖੁੱਲ੍ਹਾ ਆ ਗਿਆ ਬਾਈ ਇਹ ਠੀਕ ਹੈ ਪਲੇਟਫਾਰਮ ਖੁੱਲ੍ਹਾ ਦੇ ਪਲੇਟਫਾਰਮ ਵੀ ਖੁੱਲ੍ਹਾ ਹੈ ਪੂਰਾ ਵੀ ਅਲੱਗ ਤੋਂ ਲਵਾਉਂਦੀ ਨਹੀਂ ਲੋੜ ਹਨਾ ਹਾਂ ਅਲੱਗ ਤੋਂ ਹੀ ਲਵਾਉਣ ਦੀ ਲੋੜ ਨਹੀਂ ਗੇਅਰ ਸਾਈਡ ਤੇ ਆ ਗਏ ਦੋਨੇ ਹਾਂਜੀ ਬਾਈ ਆਹ ਮੀਡੀਅਮ ਹਾਈ ਲੋ ਮੀਡੀਅਮ ਆ ਗਿਆ ਠੀਕ ਹੈ ਮੀਡੀਅਮ ਵਾਲਾ ਜਿਹੜਾ ਅਲੱਗ ਲਾਉਣਾ ਜੀ ਇਹਦੇ ਨਾਲ ਫੋਰ ਸਪੀਡ ਸਪੀਡਾਂ ਵੱਧਦੀਆਂ ਘਟਦੀਆਂ ਠੀਕ ਹੈ ਜੀ ਪਰਲੇ ਪਾਸੇ ਲੋ ਹਾਈ ਲੋ ਆ ਗਿਆ ਇੱਧਰ ਦੂਜਾ ਗੇਅਰ ਪੈਂਦੀ ਠੀਕ ਹੈ ਸਿੰਪਲ ਗੇਅਰ ਆ ਗਈ ਚਾਰ ਗੇਅਰ ਆ ਗਏ ਚਾਰ ਜਿਹੜੇ ਹੈਗੇ ਠੀਕ ਚਾਰ ਅੱਗੇ ਨੂੰ ਇੱਕ ਪਿੱਛੇ ਨੂੰ ਹਾਂਜੀ ਬਾਕੀ ਰੌਲਾ ਨਹੀਂ ਪਾਉਂਦਾ ਸਾਈ ਲਾਈਟ ਬਹੁਤ ਆ ਜੀ ਠੀਕ ਹੈ ਤੇ ਇਹਦੀ ਕਲਰ ਕੁਆਲਿਟੀ ਦੀ ਗੱਲਬਾਤ ਆ ਬਾਈ ਕਲਰ ਠੀਕ ਆ ਵਧੀਆ ਜੀ ਕੀ ਕਹਿੰਦੇ ਤੁਹਾਨੂੰ ਏਜੰਸੀ ਵਾਲੇ ਵੀ ਕਲਰ ਵਧੀਆ ਸੈੱਟ ਰਹੂ ਹਾਂਜੀ ਹਾਂਜੀ ਫਿੱਕਾ ਤਾਂ ਨਹੀਂ ਪੈਂਦਾ 10-15 ਸਾਲਾਂ ਨੂੰ ਨਹੀਂ ਨਹੀਂ ਠੀਕ ਹੈ ਇਹ ਚੀਜ਼ਾਂ ਤਾਂ ਆਪਣੇ ਸਮਾਜ 'ਤੇ ਵੀ ਹੁੰਦੀਆਂ ਹਾਂਜੀ ਹੁਣ ਜੇ ਆਪਾਂ ਟਰੈਕਟਰ ਜਿੱਥੇ ਖੜਾ ਛੇੜਿਆ ਹੀ ਨਹੀਂ
ਹੋਰ ਕਲਰ ਵੀ ਕੀ ਕਰੂ ਜਿਹੜੀ ਮਰਜ਼ੀ ਕੰਪਨੀ ਦਾ ਹੁਣ ਜੇ ਆਪਾਂ ਸਾਂਭ ਕੇ ਕੰਮ ਲੈ ਲਿਆ ਅੰਦਰ ਲਾ ਕੇ ਧੋ ਕੇ ਸਾਂਭ ਕੇ ਰੱਖਿਆ ਹਾਂਜੀ ਉਹ ਬਾ ਇਹ ਚੀਜ਼ਾਂ ਆਪ ਦੇ ਤੀ ਵੀ ਆਪਣੇ ਤੇ ਹੁੰਦੀਆਂ ਹਾਲੇ ਕੋਲੇ 855 ਬਈ ਉਹ ਤੂੰ ਕਹਿ ਹੀ ਨਹੀਂ ਸਕਦਾ ਵੀ ਉਹ ਪੁਰਾਣਾ ਜਾਂ ਨਾ ਠੀਕ ਹੈ ਹਾਂ ਵੀ ਇਹਨਾਂ ਤੁਸੀਂ ਸਾਂਭ ਕੇ ਰੱਖਦੇ ਹੋ ਕੰਮ ਵੀ ਪੂਰਾ ਲੈਤਾ ਵਾ ਹਾਂਜੀ ਤੇ ਸਾਂਭਣਾ ਵੀ ਫੋਦਾ ਠੀਕ ਹੈ ਹੁਣ ਜਿਵੇਂ ਟਰੈਕਟਰ ਬਸ ਹੁਣ ਕੰਮ ਨਿਬੜ ਗਏ ਪੂਰੇ ਸਾਂਭ ਸੂੰਭ ਕੇ ਤੇਲ ਤੁਲ ਮਾਰ ਕੇ ਖੜਾਉਣੇ ਠੀਕ ਹੈ ਆਏ ਨਹੀਂ ਹੈਗਾ ਵੀ ਬਸ ਇੱਥੇ ਖੜਿਆ ਠੀਕ ਹੈ ਆਏ ਨਹੀਂ ਹੈਗਾ ਪੂਰਾ ਸਮਾਈ ਰੱਖੇ ਠੀਕ ਹੈ ਇਹ ਚੀਜ਼ਾਂ ਤਾਂ ਆਪਦੇ ਤੇ ਚਾਹੀਦੀਆਂ ਫਿਰ ਉਹੀ ਸੋਹਣੀ ਲੱਗਦੀਆਂ ਮਸ਼ੀਨਰੀ ਨੇ ਤਾਂ ਦੇਖਣ ਵਾਲੀ ਨਹੀਂ ਹਾਂਜੀ ਨਾਲੇ ਜਦੋਂ ਕੋਈ ਆਪਾਂ ਵੇਚਦੇ ਹਾਂ 4 ਪੈਸੇ ਵੱਧ ਬਿਠਾ ਜਾਂਦੇ ਜੇ ਸਾਂਭੀ ਹੋਵੇ ਨਾਲੇ ਆਪਾਂ ਜਿਵੇਂ ਕਹਿ ਦਿੰਦੇ ਹਾਂ ਬਈ ਆਮ ਹੀ ਹਨਾ ਜਿੰਨਾ ਮਸ਼ੀਨਰੀ ਨੂੰ ਸਾਂਭ ਕੇ ਰੱਖਾਂਗੇ ਸਾਫ਼ ਰੱਖਾਂਗੇ ਆਪਾਂ ਨੂੰ ਓਨਾ ਹੀ ਵਾਧਾ ਕਰੂ ਵਾਧਾ ਕਰਦੀ ਸਹੀ ਗੱਲ ਹੈ ਇਹ ਤਾਂ ਹੈਗੀ ਮਸ਼ੀਨਰੀ ਬੰਦੀ ਬਈ ਚੱਕਾਂਗੇ ਵੀ ਨਾ ਕੰਮ ਲੈ ਕੇ ਹਨਾ ਓਨਾ ਹੀ ਆਪਾਂ ਫਿਰ ਪਿੱਛੇ ਨੂੰ ਜਾਵਾਂਗੇ ਜਿਵੇਂ ਹੁਣ ਏਜੰਸੀ ਨੇ ਤਾਂ ਐਂ ਕਿਹਾ ਸੀ ਵੀ ਇਹਦੀ ਸ਼ੋਅ ਲਾਉਣ ਦੀ ਲੋੜ ਨਹੀਂ ਸਾਨੂੰ ਠੀਕ ਹੈ ਪਰ ਅਸੀਂ ਫਿਰ ਵੀ ਲਾ ਕੇ ਰੱਖਤੀ ਵੀ ਲਾ ਦਿਓ ਕਿਉਂ ਸ਼ੋਅ ਤੇ ਕੁਛ ਨਾ ਕੁਛ ਵੱਜ ਜਾਂਦਾ ਜੀ ਉਦੋਂ ਬਾਹਰ ਜਾਂਦਾ ਝਰੂਟਾ ਝਰੂਟਾ ਹਾਂਜੀ ਸ਼ੋਅ ਹੁਣ ਤਾਂ ਆਹ ਚੀਜ਼ਾਂ ਲਵਾ ਕੇ ਸਾਂਭ ਕੇ ਰੱਖਤੀ ਵੀ ਜਦੋਂ ਲੋੜ ਪਈ ਲਾ ਦੇਣੀ ਇਹਦੇ ਨਾਲੇ ਖੁੱਲ੍ਹਾ ਰਹਿੰਦਾ ਸਾਰੇ ਪਾਸੇ ਠੀਕ ਹੈ ਹੁਣ ਤਾਂ ਵੈਸੇ ਲੋੜ ਨਹੀਂ ਹੈਗੀ ਆ ਸ਼ੋਅ ਲਾਉਣ ਦੀ ਇਹਦੇ ਵਧੀਆ ਬਣਾਇਆ ਵਾ ਸਿਸਟਮ ਉਹਦੇ ਨਾਲ ਠੀਕ ਹੈ ਮਤਲਬ ਉਹਨਾਂ ਦੇ ਕਹਿਣ ਦਾ ਮਤਲਬ ਇਹ ਸ਼ੋਅ ਵੀ ਇੱਕ ਹੀ ਆ ਬਈ ਤਾਂ ਚੱਕੀ ਆ ਸਿੰਗਲ ਪੀਸ ਆ ਸਿੰਗਲ ਪੀਸ ਹੀ ਹੈ ਹਾਈਡ੍ਰੋਲਿਕ ਲੱਗਿਆ ਹੋਇਆ ਹਾਂ ਹਾਈਡ੍ਰੋਲਿਕ ਲੱਗਿਆ ਜਿਵੇਂ ਗੱਡੀ ਦਾ ਚੱਕੀ ਦਾ ਇਹ ਅਸੀਂ ਜਿੱਦੇ ਲਿਆਂਦਾ ਸੀ ਉਦੋਂ ਹੀ ਖੋਲਤੀ ਸੀ ਠੀਕ ਹੈ ਚਰੀਟਾਂ ਪੈਣ ਤੋਂ ਮਤਲਬ ਜਦੋਂ ਹੁਣ ਤੁਸੀਂ ਸ਼ੋਅ ਲਾਤੀ ਵੀ ਟਰੈਕਟਰ ਨਵਾਂ ਹੀ ਬਣ ਜੂ ਨਵਾਂ ਹੀ ਬਣ ਜੂ ਉਹਨਾਂ ਦੇ ਕਹਿਣ ਦਾ ਮਤਲਬ ਇਹੀ ਸੀ ਵੀ ਇਹਦੀ ਕਲਰ ਕੁਆਲਿਟੀ ਪੂਰੀ ਹਾਈ ਆਏਗੀ ਹਾਈ ਹੈ ਹਾਂਜੀ ਹਾਂ ਹਨਾ ਵੀ ਤੁਸੀਂ ਸ਼ੋਅ ਨਾ ਵੀ ਲਾਓ ਤਾਂ ਕੋਈ ਫਰਕ ਨਹੀਂ ਪੈਂਦਾ ਫਰਕ ਨਹੀਂ ਪੈਂਦਾ ਹਾਂਜੀ ਹਾਂਜੀ ਛੋਟੇ ਮੋਟੇ ਵੀ ਸਕ੍ਰੈਚ ਤਾਂ ਦਿਸਦੇ ਵੀ ਨਹੀਂ ਹੈਗੇ ਬਾਈ ਹਾਂ ਐਂ ਤਾਂ ਹੁਣ ਕੰਮ ਲਾਉਣ ਥੋੜਾ ਘੱਟ ਤਾਂ ਹੁੰਦਾ ਵੀ ਨਜਾਇਜ਼ ਭੈੜਾ ਜਿਹਾ ਚੀਜ਼ ਭੈੜੀ ਲੱਗਦੀ ਹੈ ਨਾ ਹਾਂਜੀ ਨਜਾਇਜ਼ ਹੀ ਖਰਾਬ ਜੀ ਇੱਕ ਤਾਂ 5-10 ਸਾਲਾਂ 'ਚ ਆਇਆ ਤਾਂ ਹੁਣ ਮਾੜਾ ਮੋਟਾ ਫਰਕ ਪੈਣਾ ਹਾਂਜੀ ਬੰਦੇ ਦਾ ਪੈ ਜਾਂਦੇ ਤਾਂ ਫਿਰ ਮਸ਼ੀਨਰੀ ਕਿ ਨਹੀਂ ਐਂ ਤਾਂ ਹੈਗੀ ਗੱਲ ਹੁਣ ਜੇ 10 ਸਾਲਾਂ ਨੂੰ ਤੁਸੀਂ ਸਾਨੂੰ ਦੇਖੋਗੇ ਸਾਡੀ ਹਾਣੀ ਨਹੀਂ ਆਉਣੀ ਹਾਂਜੀ ਇਹ ਗੱਲਾਂ ਸਾਰੀਆਂ ਆ ਜਾਂਦੀਆਂ ਤੇ ਇੱਧਰ ਬਾਈ ਫਿਰ ਲੈਟਾਂ ਹੋਰ ਲਵਾਤੀਆਂ ਨਵੀਆਂ ਹਾਂ ਬਾਈ ਇਹ ਫਿਰ ਉਹਦੇ ਚ ਸ਼ੋਅ ਚ ਵਗ ਗਏ ਨਾ ਜੀ ਨਾਲ ਦੀ ਠੀਕ ਹੈ ਇਹ ਉਹਦੇ ਉਹਦੇ ਵਿੱਚ ਬਹੁਤ ਵਧੀਆ ਸੀਗੀਆਂ ਲੈਟਾਂ ਉਹ ਫਿਰ ਉਹਦੇ ਚ ਵਗ ਗਈ ਠੀਕ ਇਹ ਫਿਰ ਅਲੱਗ ਲਵਾਤੀ ਇਹ ਮੂਰੇ ਚਾਨਣ ਚੁੰਨ ਦਾ ਇੱਕ ਵੇਲਾ ਵੀ ਹੋ ਜਾਂਦਾ ਨਹੀਂ ਕਿ ਹਾਂਜੀ ਕੰਮ ਕਰ ਦੇਣਗੇ ਉਦੋਂ ਫਿਰ ਬਾਕੀ ਲੈਟਾਂ ਵੀ ਬਹੁਤ ਦਿੱਤੀਆਂ ਬਈ ਹੈ ਜੀ ਲੈਟਾਂ ਬਹੁਤ ਦਿੱਤੀਆਂ ਛਤਰੀ ਦੇ ਬਹੁਤ ਹੋ ਗਈਆਂ ਸਾਰਾ ਲੈਟਾਂ ਲੁੱਟਾ ਸਾਰਾ ਛਤਰੀ ਦੇ ਉਹਨਾਂ ਦੇ ਵਿੱਚੋਂ ਹੀ ਲੱਗੀਆਂ ਹੋਈਆਂ ਪੱਖੀ ਪੁੱਖੀ ਆਪਾਂ ਕੁਝ ਨਹੀਂ ਲਵਾਇਆ ਕੱਲਾ ਸਾਊਂਡ ਲਵਾਇਆ ਬਸ ਕੰਡੇ ਕੰਡੇ ਹੱਥ ਪਾਉਣ ਨੂੰ ਸਾਰਾ ਵਿੱਚ ਹੀ ਸੀਗਾ ਬਸ ਆਪਾਂ ਕੱਲੇ ਇਹਨੇ ਮੁੰਡੇ ਨੇ ਸਾਊਂਡ ਲਾਇਆ ਸਾਡੀ ਮਿਊਜ਼ਿਕ ਸਿਸਟਮ ਕੱਲਾ ਹਾਂਜੀ ਹਾਂਜੀ ਹੋਰ ਕੁਛ ਨਹੀਂ ਠੀਕ ਹੈ ਇੱਧਰ ਏਅਰ ਕਲੀਨਰ ਫਿਰ ਸਾਈਡ ਤੇ ਕੱਢਣਾ ਪੈ ਗਿਆ ਬਾਈ ਹੈ ਹਾਂ ਬਾਈ ਫਿਰ ਇੱਥੇ ਮੂਰੇ ਨਾਲ ਲੋਟੀਆਂ ਦਾ ਸੀ ਨੇ ਅੱਗੇ ਤਾਂ ਉਹਦੇ ਤਾਂ ਨਾਲ ਸੀਗਾ ਸ਼ੋਅ ਦੇ ਥਾਂ ਵੱਧ ਹੁੰਦਾ ਖੁੱਲਾ ਫਿਰ ਇੱਧਰ ਜਿਹਦੇ ਮੂਰੇ ਲਾਉਂਦੇ ਸੀ ਫਿਰ ਆ ਜਾਲੀ ਸਾਫ਼ ਕਰਨੀ ਔਖੀ ਜਾਂਦੀ ਸੀ ਆ ਖੁੱਲ੍ਹ ਕੇ ਜਾਲੀ ਸਾਫ਼ ਹੋ ਜਾਂਦੀ ਠੀਕ ਹੈ ਫਿਰ ਇਹਨੂੰ ਡਿੱਕਾ ਲਾਉਂਦਾ ਸੀਗਾ ਜੀ ਇਹ ਫਿਰ ਅਲੱਗ ਤੋਂ ਇੱਧਰ ਪਾਸੇ ਤੇ ਲਵਾ ਆਹੋ ਜੇ ਤੁਸੀਂ ਸ਼ੋਅ ਨਾ ਲਾਉਂਦੇ ਤਾਂ ਜਾਲੀ ਵੀ ਨਹੀਂ ਲਾਉਣ ਦੀ ਲੋੜ ਸੀਗੀ ਹਾਂ ਫਿਰ ਕੁਛ ਨਹੀਂ ਲਾਉਣ ਦੀ ਲੋੜ ਫਿਰ ਇਹ ਵਿੱਚ ਹੀ ਆ ਜਾਂਦਾ ਸੀ ਵਿੱਚ ਸੀਗਾ ਜੀ ਆਹ ਪੈਪ ਅਲੱਗ ਤੋਂ ਲਵਾਇਆ ਮੁੜ ਕੇ ਹਾਂਜੀ ਇਹ ਅਲੱਗ ਤੋਂ ਹੋ ਗਿਆ ਕੰਮ ਇਹ ਪਾਸੇ ਕੱਢੇ ਠੀਕ ਹੈ ਸਾਈਡ ਦੀ ਬੈਟਰੀ ਬਹੁਤ ਘੱਟ ਆਉਂਦੀ ਹੈ ਟਰੈਕਟਰਾਂ ਦੀ ਠੀਕ ਹੈ ਜ਼ਿਆਦਾ ਮਤਲਬ ਬੈਟਰੀ ਲਾਈਫ ਹੈਗੀ ਆ 5-6 ਸਾਲ ਪੂਰੀ ਹਾਂ ਅਮਰੋਨ ਦੀਆਂ ਹੀ ਹੁੰਦੀਆਂ ਹੀ ਜ਼ਿਆਦਾ ਹਾਂਜੀ ਇਹ ਆਕਸਾਈਡ ਦੀ ਮੈਨੂੰ ਐਂ ਲੱਗਦਾ 5-6 ਸਾਲ ਜਾਂਦੀ ਨਹੀਂ ਠੀਕ ਹੈ ਅਮਰੋਨ ਤਾਂ 3 ਸਾਲ ਹੀ ਕੱਢਦੀ ਹੈ ਬਸ ਅਤੇ ਇਹਦੀਆਂ ਹੱਬਾਂ ਦੀ ਕੀ ਗੱਲਬਾਤ ਆ ਬਾਈ ਇਹ ਬਾਈ ਪਾਣੀ ਪੂਣੀ ਨਹੀਂ ਪੈਂਦਾ ਵੀ ਮੰਨ ਲਓ ਗੱਲ ਆਪਾਂ ਕੱਦੂ ਵੇਲੇ ਬਲੇਡ ਦਿੰਦੇ ਨਾ ਇਹਨਾਂ ਨੂੰ ਠੀਕ ਹੈ ਵੀ ਪਾਣੀ ਪੈ ਜੇ ਉਹ ਖਰਾਬ ਹੋ ਜਾਂਦੇ ਥੋੜ੍ਹਾ ਜਿਹਾ ਹੀ ਇਹਦੇ ਨੂੰ ਦੂਜੇ ਰੇਟਾਂ ਠੀਕ ਹੈ ਦੂਰ ਹੈ ਨਾ ਜਿਹੜੀ ਉਹ ਤਾਂ ਮਿੱਟੀ ਇੱਥੇ ਡਿੱਗ ਪੈਂਦੀ ਇਹਦੇ ਤੇ ਵਿੱਚ ਪੈਂਦੀ ਆ ਦੂਰ ਕਰਕੇ ਇੱਥੋਂ ਇੱਧਰ ਹੀ ਨਿਕਲੀ ਜਾਂਦੀ ਠੀਕ ਹੈ ਮਤਲਬ ਚਾਹੇ ਕਹਿੰਦੇ ਪਾਣੀ 'ਚ ਡਬੋ ਦਿਓ ਵਾਟਰਪਰੂਫ ਹੀ ਨੇ ਹਾਂ ਪੈਂਦਾ ਨਹੀਂ ਅੱਛਾ ਸੀਲਾਂ ਫਿਰ ਪੂਰੀਆਂ ਵਧੀਆ ਲਾਤੀਆਂ ਬਾਈ ਹਾਂ ਹਾਂ ਇਹਨਾਂ ਨੇ ਇਹਦੇ ਵਿੱਚ ਸੀਲਾ ਡਬਲ ਪਾਈ ਵੀ ਠੀਕ ਹੈ ਆ ਉੱਤੇ ਕੱਪ ਆ ਗਈ ਵੀ ਐਵੇਂ ਸੀਲ ਵੀ ਨਾ ਖਰਾਬ ਹੋਵੇ ਵਿੱਚ ਠੀਕ ਹੈ ਕੰਮ ਤਾਂ ਪੂਰਾ ਵਧੀਆ ਕਰਿਆ ਬਾਈ ਇਹਨਾਂ ਐਂ ਤਾਂ ਨਹੀਂ ਹੈਗਾ ਵੀ ਕੰਮ ਮਾੜਾ ਕਰਿਆ ਵਾ ਹਾਂਜੀ ਬਸ ਬਾਕੀ ਲੋਕਾਂ ਦੀ ਪਸੰਦ ਆਈ ਅੱਡੋ ਠੀਕ ਹੈ ਆ ਜਾਓ ਬਈ ਆਪਾਂ ਉੱਪਰ ਬਹਿ ਕੇ ਦੇਈਏ ਨਾਲ ਜੀ ਥੋੜ੍ਹੀ ਬੈਠੋ ਜੀ ਆ ਜਾਓ ਜੀ ਠੀਕ ਹੈ ਲਓ ਜੀ ਆ ਹੀਟ ਗਾਰਡ ਵੀ ਵਧੀਆ ਦਿੱਤੇ ਵੀ ਨਾਲ ਠੀਕ ਹੈ ਜਾਂ ਟਰੈਕਟਰਾਂ ਦੇ ਘੱਟ ਹੁੰਦੇ ਆ ਹਾਂਜੀ ਠੀਕ ਲਓ ਜੀ 182 ਘੰਟੇ ਚੱਲ ਗਿਆ ਹਨਾ ਹਾਂਜੀ ਇੱਕ ਸਰਵਿਸ ਠੀਕ ਇੱਕ ਸਰਵਿਸ ਹੋ ਗਈ ਹਾਂ ਇੱਕ ਹਾਂ 60 ਘੰਟਿਆਂ ਤੇ ਕਰਾਈ ਹੋਈ ਇੱਕ ਸਰਵਿਸ ਪਹਿਲੀ ਕਰਾ ਦਿੱਤੀ ਸੀ ਠੀਕ ਹੈ ਤੇ ਸਟੀਅਰਿੰਗ ਦੀ ਫੀਲਿੰਗ ਬਾਈ ਹੈਗੀ ਹੈ ਕਾਰ ਵਾਲੀ ਹਾਂ ਬਾਈ ਜਮਾ ਮੈਂ ਸਟੀਅਰਿੰਗ ਅਸੀਂ ਚੇਂਜ ਕਰਤਾ ਸੀਗਾ ਸਾਨੂੰ ਪਸੰਦ ਲੱਗਿਆ 855 ਵਾਲਾ ਠੀਕ ਹੈ 855 ਵਾਲਾ ਲਾਦਾ ਸਟੀਅਰਿੰਗ ਹਾਂਜੀ ਹਾਂਜੀ ਚੇਂਜ ਕਰਤਾ ਸੀ ਠੀਕ ਹੈ ਠੀਕ ਹੈ
ਫਿਰ 182 ਘੰਟੇ ਬਈ ਤੁਸੀਂ ਵੱਧ ਚਲਾਇਆ ਜਾਂ ਬਈ ਤੁਸੀਂ ਵੱਧ ਚਲਾਇਆ ਇਹ ਮੁੰਡੇ ਨੇ ਮੈਂ ਹੀ ਚਲਾਇਆ ਜੀ ਸਾਰਾ ਐਸੇ ਨਹੀਂ ਚਲਾਇਆ ਸਾਰੇ ਮੈਂ ਹੀ ਚਲਾਉਣਾ ਹੈ ਹੋਰ ਸਾਡੇ ਜਾਂ ਮੇਰੇ ਚਾਚਾ ਜੀ ਚਲਾਉਂਦੇ ਆ ਜਾਂ ਅਸੀਂ ਦੋਨੇ ਹੀ ਚਲਾਉਂਦੇ ਹਾਂ ਕਿਰਾਏ ਦਾ ਕੰਮ ਵੀ ਦੋਨੇ ਹੀ ਕਰਦੇ ਆ ਕੋਈ ਵੀ ਕੰਮ ਹੋਵੇ ਸਾਡਾ ਸੁਪਰ ਸੀਟਰ ਚੱਲਦਾ ਇੱਕ ਉਹ ਤੇ ਉਹ ਜੌਂਡੀ ਆਰ ਤੇ ਲੱਗਿਆ ਵਾ ਠੀਕ ਹੈ ਹਾਂਜੀ ਇੰਡੀਕੇਟਰ ਇਕੱਠੇ ਹੀ ਆ ਸਾਰਾ ਕੁਛ ਐਂ ਨਹੀਂ ਹੈਗਾ ਅਲੱਗ ਜੇ ਇਹ ਇੱਥੋਂ ਘੁੰਮ ਜਾਂਦੇ ਦੱਸ ਉੱਧਰ ਨੂੰ ਕਰੀ ਜਾਂਦਾ ਜਿਵੇਂ ਜਿਵੇਂ ਕਰਨਾ ਜਾਂ ਪਾਸਿੰਗ ਦੇਣੀ ਇੱਥੇ ਆ ਜੀ ਇੱਥੋਂ ਇੰਡੀਕੇਟਰ ਬਸ ਚੱਲ ਠੀਕ ਹੈ ਜੀ ਅਤੇ ਐਂ ਬਈ ਲੰਬਾਈ ਦੇ ਵਿੱਚ ਤੁਹਾਨੂੰ ਕਿਵੇਂ ਲੱਗਿਆ ਟਰੈਕਟਰ ਇਹ ਅੱਗੇ ਨੂੰ ਲੰਬਾਈ 'ਚ ਵੱਧ ਗਿਆ ਬਈ ਠੀਕ ਆ ਪੂਰਾ ਵੱਧ ਗਿਆ ਜੀ ਠੀਕ ਆ ਸੀਟ ਇਹਦੇ ਐਡਜਸਟ ਆਪ ਲੱਗ ਗਿਆ ਪਿੱਛੇ ਹੋ ਜਾਂਦੀ ਜਿੰਨੀ ਕੁ ਲੋੜ ਆਪਾਂ ਠੀਕ ਹੈ ਲੋ ਵੀ ਦੋਸਤੋ ਦੱਸੋ ਫਿਰ ਕਮੈਂਟ ਕਰਕੇ ਹੈ ਨਾ ਕਿਵੇਂ ਲੱਗੀ ਤੁਹਾਨੂੰ ਸਾਰੀ ਨੌਲੇਜ ਆਹ ਪੀ ਟੀ ਓ ਲੀਵਰ ਆ ਇਹ ਵੀ ਦਿਖਾ ਦਿਓ ਹਾਂਜੀ ਇਹ ਪੀ ਟੀ ਓ ਲੀਵਰ ਆ ਗਿਆ ਪੀ ਟੀ ਓ ਆਰ ਔਨ ਔਫ 540 ਚੱਕਰ ਹੈ ਪੀ ਟੀ ਓ ਠੀਕ ਹੈ ਜੀ ਲੋ ਜੀ ਮਿਊਜ਼ਿਕ ਸਿਸਟਮ ਬਾਈ ਨੇ ਵਧੀਆ ਪਿੱਟੀ ਵਾਲਾ ਲਵਾ ਰੱਖਿਆ ਅਤੇ ਇੱਥੇ ਮਾਰ ਲਓ ਬਿੰਨੀ ਕਿਆ ਸਾਰੀ ਹੋਲਡ 'ਤੇ ਠੀਕ ਹੈ ਤੇ ਆਹ ਪੱਖੀ ਕਹਿੰਦੇ ਸੀ ਬਾਈ ਵੀ ਨਾਲ ਹੀ ਦੇਤੀ ਬਾਈ ਨਾਲ ਹੀ ਦਿੱਤੀ ਆ ਬਾਈ ਆਹ ਵੀ ਨਾਲ ਸਾਰਾ ਕੁਛ ਸਾਰਾ ਆਹ ਲਾਈਟਾਂ ਲੂਟਾਂ ਸ਼ੀਸ਼ੇ ਸ਼ੂਸ਼ੇ ਸਾਰੇ ਨਾਲ ਸੀਗੇ ਜੀ ਆਮ ਤਾਂ ਬਾਈ ਆਪਾਂ ਦੇਖਦੇ ਹਾਂ ਹੈ ਨਾ ਏਜੰਸੀ ਵਾਲਿਆਂ ਤੋਂ ਅਲੱਗ ਤੋਂ ਲਗਾਉਣੀ ਪੈਂਦੀ ਹੁੰਦੀ ਆ ਉਹਦਾ ਛਤਰੀ ਵੀ ਨਹੀਂ ਦਿੰਦੇ ਜੀ ਵਿੱਚ ਤਾਂ 855 ਵਾਲਾ ਛਤਰੀ ਵੀ ਕਈ ਵਾਰ ਕਹਿ ਜਾਂਦਾ ਅਲੱਗ ਲਾਓ ਆਪਦੀ ਪਹਿਲਾਂ ਸਵਰਾਜ ਲਿਆ ਸੀਗਾ ਨਵਾਂ ਉਹ ਕਹਿੰਦੇ ਸੀ ਅਲੱਗ ਲਾਵਾਂਗੇ ਫਿਰ ਮਸਾਂ ਵਿੱਚ ਕਰਾਈ ਸੀਗੀ ਠੀਕ ਹੈ ਇਹਨਾਂ ਨੇ ਤਾਂ ਬਹੁਤ ਵਧੀਆ ਦਿੱਤਾ ਸਮਾਨ ਨਾਲ ਸਾਰਾ ਹੀ ਵਧੀਆ ਦਿੱਤਾ ਜਿਵੇਂ ਆਹ ਟੂਲ ਟਾਲ ਉਹਨਾਂ ਦੇ ਵਿੱਚ ਆ ਜੀ ਸਮਾਨ ਕੋਈ ਰੱਖਣਾ ਛੋਟਾ ਮੋਟਾ ਹੈ ਨਾ ਇਹਦੇ ਵਿੱਚ ਰੱਖ ਲਓ ਠੀਕ ਹੈ ਬਾਕੀ ਟੈਂਕੀ ਬਹੁਤ ਵੱਡੀ ਹੈ ਜੀ ਤੇਲ ਦੀ ਠੀਕ ਹੈ 60 ਲੀਟਰ ਤੇਲ ਪੈ ਜਾਂਦਾ ਇਹ 'ਚ ਡੀਜ਼ਲ 60-62 ਲੀਟਰ ਪੈ ਜਾਂਦਾ ਠੀਕ ਹੈ ਤਾਂ ਹੁਣ ਜਿਹੜਾ ਕਿਰਾਏ ਵਾਲਾ ਬੰਦਾ ਹੁਣ ਤਾਂ ਲਾਲਚ ਹੁੰਦਾ ਵੀ ਕਿਹੜਾ ਤੇਲ ਪਾਲਿਆ ਮੁੜ ਕੇ ਪਾਉਣਾ ਨਾ ਪਵੇ ਹਾਂਜੀ ਜੇ ਤੜਕੇ 7 ਵਜੇ ਦਾ ਚੱਲਿਆ ਨਹੀਂ ਪਤਾ 10 ਵਜੇ ਥੋੜ੍ਹੀ ਰਾਤ ਨੂੰ ਕੱਢ ਵੀ ਜਾਂਦਾ ਆਰਾਮ ਨਾਲ ਟੈਂਕੀ ਨਾਲ ਕੱਢ ਹੀ ਜਾਂਦਾ ਜਿਹੜੀ ਹਰੇਕ ਚੀਜ਼ ਦੀ ਠੀਕ ਹੈ ਆਹੋ ਜਿਵੇਂ ਬਾਈ ਤੁਹਾਨੂੰ ਤੇਲ ਦੀ ਪਹਿਲਾਂ ਹੀ ਐਵਰੇਜ ਜ਼ਿਆਦਾ ਹੀ ਹੈਗੀ ਹਾਂ ਵਧੀਆ ਠੀਕ ਹੈ ਜੀ ਹਾਂਜੀ ਇੱਧਰ ਵੀ ਸਿਲੰਡਰ ਨਿਕਲਦਾ ਨਾ ਜੀ ਹਾਂਜੀ ਉੱਧਰੇ ਪਾਸੇ ਵੀ ਠੀਕ ਹੈ ਦੋਨੇ ਇੱਧਰ ਇਹ ਡਬਲ ਆ ਡਬਲ ਐਕਟਿੰਗ ਵਾਲਾ ਬਾਪ ਰਿਹਾ ਤਾਂ ਸਿੰਗਲ ਵਾਲਾ ਨਹੀਂ ਵੀ ਇੱਕ ਸਿੰਗਲ ਲਾਉਂਦੇ ਕਈ ਇਹ ਦੋਨੇ ਪਾਸੇ ਵਾਲਾ ਇਹ ਵੀ ਭੱਜਿਆ ਜਾਂਦਾ ਹਲਦਾ ਹੀ ਨਹੀਂ ਹੈ ਠੀਕ ਹੈ ਬਾਅਦ 'ਚ ਪੁਰਾਣਾ ਹੋ ਕੇ ਪ੍ਰੋਬਲਮ ਨਹੀਂ ਦੇਣੀ ਜਿਹੜਾ ਉਹ ਸਿੰਗਲ ਵਾਲਾ ਉਹ ਪੁਰਾਣਾ ਹੋ ਕੇ ਕਰਨ ਲੱਗ ਜਾਂਦੀ ਥੋੜ੍ਹਾ ਥੋੜ੍ਹਾ ਹਾਂਜੀ ਲਓ ਜੀ ਇੱਕ ਹੋਰ ਖਾਸੀਅਤ ਦੱਸਤੀ ਪਾਈਆਂ ਨੇ ਇਹ ਲਓ ਜੀ ਮਾਰੋਂ ਦੀ ਗਾ ਟਰੈਕਟਰ 'ਤੇ ਦੂਰੋਂ ਸ਼ੋਅ ਲਾਹੀ ਹੋਈ ਹੈ ਟਰੈਕਟਰ ਦੀ ਤੁਹਾਨੂੰ ਪਹਿਲਾਂ ਹੀ ਦਿਸੀ ਜਾਂਦੀ ਆ ਅਤੇ ਅੱਗੇ ਤੋਂ ਦੇਖ ਲਓ ਇੱਕ ਵਾਰੀ ਠੀਕ ਹੈ ਅਤੇ ਫਿਰ ਬਾਈ ਦੱਸਣ ਵਾਲਾ ਤਾਂ ਨਹੀਂ ਰਿਹਾ ਹੁਣ ਕੁਛ ਟਰੈਕਟਰ ਬਾਰੇ ਨਹੀਂ ਬਸ ਠੀਕ ਦੱਸ ਤਾਂ ਸਾਰਾ ਕੁਛ ਠੀਕ ਹੈ ਜੀ ਓਕੇ ਹੁਣ ਕੱਢਦੇ ਨੇ ਭੁਲੇਖੇ ਮਨਾਂ 'ਚੋਂ ਹਾਂ ਵਧੀਆ ਹੀ ਲੈਣਾ ਮਤਾ ਅਸੀਂ ਤਾਂ ਵੀ ਵਧੀਆ ਖਰਚਾ ਘੱਟ ਆ ਟਰੈਕਟਰ ਦਾ ਆਪਾਂ ਨੂੰ ਜਦੋਂ ਜ਼ਿਆਦਾ ਤਾਂ ਖਰਚੇ ਦੀ ਪ੍ਰੋਬਲਮ ਆਉਂਦੀ ਕਿਉਂ ਡੀਜ਼ਲ ਮਹਿੰਗਾ ਜੀ ਜੋ ਡੀਜ਼ਲ ਦੀ ਬੱਚਤ ਕਰਦੇ ਜਿਹੜੀ ਚੀਜ਼ ਉਹ ਤਾਂ ਵਧੀਆ ਹੀ ਹੈ ਲੈਣੇ ਚਾਹੀਦੇ ਆਪਾਂ ਤਾਂ ਬਹੁਤ ਵਧੀਆ ਟਰੈਕਟਰ ਜੀ ਠੀਕ ਹੈ ਅਤੇ ਚਲੋ ਜੀ ਮਿਲਾਂਗੇ ਹੁਣ ਕਿਸੇ ਅਗਲੀ ਵਲੌਗ ਦੇ ਵਿੱਚ ਠੀਕ ਹੈ ਮੈਨੂੰ ਹੀ ਲੱਗਦਾ ਫਿਰ ਵੀ ਕੁਛ ਦੱਸਣ ਵਾਲਾ ਰਹਿ ਗਿਆ ਠੀਕ ਹੈ ਚਲੋ ਠੀਕ ਆ ਬਾਈ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਹੈ ਜੀ